ਸਾਰੇ ਫਨਕਾਰ ਆਫਤਾਬ ਇਕਬਾਲ ਸਾਹਿਬ ਨੂੰ ਛੱਡ ਜਾਂਦੇ ਨੇ, ਕੀ ਵਜ੍ਹਾ ਹੈ? ਉਹ ਬੰਦਾ ਕੈਮਰੇ ਦੇ ਪਿੱਛੇ ਹੋਰ ਹੈਗਾ, ਉਹਨਾਂ ਨੂੰ ਨਹੀਂ ਲੱਗ ਰਿਹਾ ਸੀ, ਮੈਨੂੰ ਲੱਗ ਰਿਹਾ ਸੀ ਕਿ ਮੈਂ ਜਿਵੇਂ ਕਿੱਲ ਹੋ ਰਿਹਾ। ਮੈਨੂੰ ਇਹ ਪਤਾ ਸੀ ਕਿ ਜਦੋਂ ਮੈਂ ਉਹਨਾਂ ਨੂੰ ਜਾਣਦਾ ਕਹਿਣਾ ਸੀ ਤੇ ਉੱਥੇ ਕੋਈ ਨਾ ਕੋਈ ਗੱਲਬਾਤ ਹੋ ਜਾਣੀ ਸੀ ਫਿਰ, ਤੇ ਉਹ ਮੇਰਾ ਤੇ ਸਬਰ ਦਾ ਪੈਮਾਨਾ ਤੇ ਮੇਰਾ ਪਹਿਲਾਂ ਟਨ ਬਟਾ ਟਨ ਹੋ ਗਿਆ ਸੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਭਾਜੀ, ਕੀ ਹਾਲ ਹੈ? ਅੱਲਾ ਦਾ ਸ਼ੁਕਰ ਹੈ, ਫਸਟ ਕਲਾਸ, ਸ਼ੁਕਰ ਹੈ ਮਾਲਕ। ਭਾਜੀ ਜਾਣ ਤੋਂ ਪਹਿਲੇ ਤੇ ਅਸੀਂ ਤੁਹਾਡੀ ਇੱਕ ਵੀਡੀਓ ਦੇਖੀ ਸੀ, ਤੁਸੀਂ ਕਹਿੰਦੇ ਸੀ ਕਿ ਮੈਨੂੰ ਤੱਕੇ ਦੇ ਕੇ ਵੀ ਕੱਢਣਗੇ ਤੇ ਮੈਂ ਨਹੀਂ ਆਣਾ ਤੇ ਛੱਡ ਆਏ ਹੋ। ਧੱਕਿਆ ਤੱਕ ਕੰਮ ਨਹੀਂ ਪਹੁੰਚਿਆ, ਮੈਂ ਕਿਹਾ ਧੱਕੇ ਖਾ ਕੇ ਜ਼ਰੂਰ ਆਉਣਾ, ਵੈਸੇ ਹੀ ਆ ਜਾਓ। ਅੱਛਾ, ਮੈਂ ਫਿਰ ਮੂਡ ਨਹੀਂ ਬਣਿਆ ਮੇਰਾ ਉੱਥੇ ਰਹਿਣ ਦਾ ਤੇ ਮੈਂ ਫਿਰ ਵਾਪਸ ਆ ਗਿਆ। ਆਪ ਆਫਤਾਬ ਸਾਹਿਬ ਨੇ ਅਪਰੋਚ ਕੀਤਾ ਸੀ ਜਾਂ ਕਿਸੇ ਬੰਦੇ ਨੇ ਤੁਹਾਨੂੰ? ਸਾਰੀ ਗੱਲ ਇਹ, ਉਹਨਾਂ ਨੇ ਜਿਹੜੇ ਬੰਦੇ ਦੇ ਜ਼ਿੰਮੇ ਲਾਇਆ ਸੀ ਉਸ ਬੰਦੇ ਨੇ ਹਾਇਰ ਕੀਤਾ ਮੈਨੂੰ ਔਰ ਉਹਨੇ ਮੈਨੂੰ ਭੇਜਿਆ ਉੱਥੇ, ਮੈਂ ਫਿਰ ਦੁਬਈ ਚਲਾ ਗਿਆ। ਉੱਥੇ ਉਹਨਾਂ ਦੇ ਨਾਲ 2 ਮਹੀਨੇ ਮਾਮਲਾਤ ਮੇਰੇ ਠੀਕ ਰਹੇ ਨੇ ਜੀ। 2 ਮਹੀਨੇ ਤੋਂ ਬਾਅਦ ਫਿਰ ਉਹਨਾਂ ਨੂੰ ਨਹੀਂ ਲੱਗ ਰਿਹਾ ਸੀ, ਮੈਨੂੰ ਲੱਗ ਰਿਹਾ ਸੀ ਕਿ ਮੈਂ ਜਿਵੇਂ ਕਿੱਲ ਹੋ ਰਿਹਾ। ਅੱਛਾ, ਅਤੇ ਸਟੇਜ ਦੀ ਦੁਨੀਆ ਦੇ ਅਸੀਂ ਜਿੰਨੇ ਵੀ ਫਨਕਾਰ ਹਾਂ ਅਸੀਂ ਬੜੇ ਅਹਿਸਾਸ ਲੋਕ ਹਾਂ, ਅਤੇ ਫਨਕਾਰ ਹੁੰਦਾ ਹੀ ਅਹਿਸਾਸ ਹੈ, ਅਤੇ ਉਹ ਮੈਨੂੰ ਸੂਟ ਨਹੀਂ ਸੀ ਕਰ ਰਿਹਾ ਉੱਥੇ, ਬੱਚਿਆਂ ਤੋਂ ਦੂਰ ਵੀ ਜਿਸ ਕੰਮ ਦੇ ਮਕਸਦ ਲਈ ਗਏ ਉਹ ਕੰਮ ਵੀ ਨਹੀਂ ਹੋਣਾ। ਤੇ ਭਾਅ ਜੀ ਇਹ ਗੱਲਾਂ ਪਹਿਲੇ ਨਹੀਂ ਸੀ ਤੁਹਾਨੂੰ ਪਤਾ ਕਿ ਮੈਂ ਬੱਚਿਆਂ ਤੋਂ ਵੀ ਦੂਰ ਹੋਵਾਂਗਾ? ਸਾਰੀ ਗੱਲ ਹੈ ਜਿਵੇਂ, ਕਿਉਂਕਿ ਜਿਹੜਾ ਫਨਕਾਰ ਉਹਨਾਂ ਨੂੰ ਛੱਡ ਕੇ ਆਉਂਦਾ ਬਾਅਦ 'ਚੋਂ ਇੰਝ ਇੰਟਰਵਿਊ ਦੇ ਰਿਹਾ ਹੁੰਦਾ ਔਰ ਦੱਸ ਰਹੇ ਹੁੰਦੇ ਨੇ ਕਿ ਮੈਂ ਜਿਹੜੇ ਬੰਦੇ ਨੇ ਮੈਨੂੰ ਭੇਜਿਆ ਨਾ ਮੇਰੇ ਉਹਨਾਂ ਨਾਲ ਮਾਮਲਾ ਤਾਂ ਇਹ ਸੀ, ਮੈਨੂੰ ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਉਹ ਪੱਕਾ ਵੀਜ਼ਾ ਲਵਾਉਣਗੇ, ਉਹਦੇ ਵਿੱਚ ਇਹ ਹੋਏਗਾ ਕਿ 2 ਮਹੀਨੇ ਤੋਂ ਬਾਅਦ ਤੁਸੀਂ ਵਾਪਸ ਆਪਣੇ ਬੱਚਿਆਂ ਨੂੰ ਆਣ ਕੇ ਮਿਲ ਸਕਦੇ ਹੋ। ਠੀਕ ਹੈ, ਅਤੇ ਉਹ ਪੱਕੇ ਵਾਲੀ ਗੇਮ ਜਿਹੜੀ ਹੈ ਉਹ ਫਿਲਹਾਲ ਪਾਕਿਸਤਾਨੀ ਜਿੰਨੇ ਵੀ ਵੀਜ਼ੇ ਨੇ ਪੱਕੇ ਉਹ ਬੰਦ ਕੀਤੇ ਨੇ ਉੱਥੇ ਗੌਰਮੈਂਟ ਨੇ, ਅਤੇ ਉਹ ਪੱਕਾ ਵੀਜ਼ਾ ਨਹੀਂ ਸੀ ਲੱਗ ਰਿਹਾ ਅਤੇ ਉਹ ਇਸ ਕਰਕੇ ਉਹ ਐਕਸਟੈਂਡ ਕਰਵਾਈ ਜਾ ਰਹੇ ਸੀ, ਅਤੇ ਉਹ ਐਕਸਟੈਂਡ ਕਰਨ ਲਈ ਇਹ ਨੋਟ ਕਰਨਾ ਪੈਂਦਾ, ਤੋ ਮੈਂ ਇਹ ਮੁਨਾਸਬ ਨਹੀਂ ਸਮਝਿਆ ਕਿ ਮੈਂ ਹੁਣ ਫਿਰ ਇੱਕ ਵਾਰੀ ਫਿਰ ਇਹ ਨੋਟ ਕਰਾਂਗਾ, ਅਤੇ ਫਿਰ ਮੈਨੂੰ ਲੱਗ ਰਿਹਾ ਸੀ ਕਿ ਮੈਂ ਇੱਕ ਵਾਰੀ ਫਿਰ ਇਹ ਨੋਟ ਫਿਰ ਕੀਤਾ ਤਾਂ ਮੈਂ 2 ਮਹੀਨੇ ਲਈ ਫਿਰ ਬਾਉਂਡ ਹੋ ਜਾਂਦਾ ਇੱਥੇ, ਅਤੇ ਕੁਛ ਮੇਰੇ ਘਰ ਦੇ ਮਾਮਲਾਤ ਐਸੇ ਸੀਗੇ ਕਿ ਮੈਨੂੰ ਚੱਕਰ ਲਾਉਣਾ ਮੇਰਾ ਜ਼ਰੂਰੀ ਸੀ, ਇਸ ਕਰਕੇ ਮੈਂ ਆ ਗਿਆ। ਗਏ ਤਾਂ ਤੁਸੀਂ 2 ਫਨਕਾਰ ਸੀ ਅਸੀਂ ਦੇਖਿਆ, ਰਾਸ਼ਿਦ ਕਮਾਲ ਸਾਹਿਬ ਅਤੇ ਤੁਸੀਂ, ਅਤੇ ਵਾਪਸ ਇਕੱਲੇ ਹੀ ਆਏ ਹੋ, ਕੀ ਵਜ੍ਹਾ ਉਹਨਾਂ ਨੂੰ ਰੱਖ ਲਿਆ ਉੱਥੇ ਉਹਨਾਂ ਨੇ? ਨਹੀਂ, ਰਾਸ਼ਿਦ ਕਮਾਲ ਦੇ ਨਾਲ ਕੋਈ ਮਰਨਜੀਤ ਦੀਆਂ ਕਸਮਾਂ ਨਹੀਂ ਖਾ ਕੇ ਗਏ ਸੀ, ਰਾਸ਼ਿਦ ਕਮਾਲ ਨੂੰ ਉਹਨਾਂ ਨੇ ਜਿਵੇਂ ਮੈਨੂੰ ਹਾਇਰ ਕੀਤਾ ਉਵੇਂ ਰਾਸ਼ਿਦ ਕਮਾਲ ਨੂੰ ਵੀ ਹਾਇਰ ਕੀਤਾ। ਠੀਕ ਹੈ, ਅਤੇ ਰਾਸ਼ਿਦ ਕਮਾਲ ਉਹਨਾਂ ਕੋਲ ਕਰ ਰਿਹਾ ਕੰਮ, ਔਰ ਦੇਖੋ ਉਹ ਵੀ ਜਦੋਂ ਉਹਦਾ ਰੂਹ ਕਰੇਗਾ ਉਹ ਵੀ ਵਾਪਸ ਆ ਜਾਏਗਾ। ਕੈਸੀ ਬੌਂਡਿੰਗ ਕੈਸੀ ਸੀ ਤੁਹਾਡੇ ਦੋਵਾਂ ਦੀ? ਕਿਉਂਕਿ ਅਸੀਂ ਦੇਖਿਆ ਕਿ ਸ਼ੋਜ਼ ਦੇ ਅੰਦਰ ਜੋ ਇਹਦਾ ਆਡੀਅੰਸ ਦੇਖਿਆ ਔਰ ਲੋਕ ਵੀ ਕਮੈਂਟ ਕਰਦੇ ਸੀ ਕਿ ਰਾਸ਼ਿਦ ਕਮਾਲ ਸਾਹਿਬ ਖੁੱਲ੍ਹ ਕੇ ਖੇਡ ਰਹੇ ਨੇ ਅਤੇ ਤੁਸੀਂ ਫਿੱਕੇ ਫਿੱਕੇ ਲੱਗ ਰਹੇ ਹੋ, ਕੀ ਵਜ੍ਹਾ ਸੀ? ਇਹ ਰਾਸ਼ਿਦ ਆਪਣਾ ਇਹ ਆਫਤਾਬ ਸਾਹਿਬ ਦਾ ਨਾ ਇੱਕ ਸਟਾਈਲ ਹੈਗਾ ਕੰਮ ਦਾ, ਕੰਮ ਕਰਾਉਣ ਦਾ। ਇਹ ਸਾਡੇ ਇੱਕ ਬਾਬਾ ਜੀ ਹੋਏ ਨੇ ਬਾਬਾ ਪੀਰਾਂ ਦਿੱਤਾ ਸਾਹਿਬ, ਬਾਬਾ ਪੀਰਾਂ ਦਿੱਤਾ, ਹਾਂਜੀ ਉਕਾੜੇ ਦੇ ਨੇ ਉਹ ਬਿਲਕੁਲ, ਅਤੇ ਬਾਬਾ ਪੀਰਾਂ ਦਿੱਤਾ ਸਾਹਿਬ ਜਿਹੜੇ ਨੇ ਨਾ ਉਹ ਸਟੇਜ ਦੀ ਦੁਨੀਆ 'ਤੇ ਕਿਸੇ ਦੌਰ ਦੇ ਵਿੱਚ ਹਿੱਟ ਹੋਏ ਸੀ ਬੜੇ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਨਾ ਉਹ ਇਸੇ ਤਰ੍ਹਾਂ ਹੀ ਹੈ ਕਿ ਗੁਜ਼ਾਰਾ ਉਹਨਾਂ ਦਾ ਹੋ ਰਿਹਾ ਸੀ। ਠੀਕ, ਉਹ ਮੇ ਵੀ ਹੋ ਸਕਦਾ ਬੱਬੂ ਰਾਣਾ ਉਹਨਾਂ ਨੂੰ ਲੈ ਕੇ ਗਿਆ ਜਾਂ ਹਾਇਰ ਕੀਤਾ ਕਿਸੇ ਬੰਦੇ ਨੇ। ਅੱਛਾ, ਆਡੀਅੰਸ ਉਹਨਾਂ ਨੂੰ ਬਾਬਾ ਨਾਗੀ ਦੇ ਤੌਰ, ਬਾਬਾ ਨਾਗੀ, ਉਹ ਬਾਬਾ ਨਾਗੀ। ਮੈਂ ਘਰ ਖਾਣਾ ਖਾ ਰਿਹਾ ਸੀ ਅਤੇ ਮੈਂ ਬਾਬੇ ਨਾਗੀ ਦਾ ਪ੍ਰੋਗਰਾਮ ਦੇਖਿਆ ਅਤੇ ਬਾਬਾ ਨਾਗੀ ਤਾਂ ਲੈ ਦੇ ਗਿਆ ਸਾਰਿਆਂ ਨੂੰ। ਅੱਛਾ, ਯਾਨੀ ਮੈਨੂੰ ਰੋਟੀ ਖਾਣੀ ਭੁੱਲ ਗਈ, ਮੈਂ ਕਿਹਾ ਯਾਰ ਬਾਬਾ ਨਾਗੀ ਤਾਂ ਹਿੱਟ ਜਾ ਰਿਹਾ, ਬਾਬੇ ਨਾਗੀ ਨੇ ਤਾਂ ਕਿਸੇ ਨੂੰ ਹਿੱਲਣ ਨਹੀਂ ਦਿੱਤਾ। ਅਤੇ ਉਹ ਬਾਬਾ ਨਾਗੀ ਜਦੋਂ ਬਿਲਕੁਲ ਉਤਲੀਆਂ ਹਵਾਵਾਂ 'ਚ ਹੋ ਗਿਆ ਅਤੇ ਉਹਨਾਂ ਨੇ ਬਾਬੇ ਨਾਗੀ ਦੇ ਸਿਰ ਦੇ ਉੱਤੇ ਲਿਆ ਕੇ ਮਾਰਿਆ ਉਹਨਾਂ ਨੇ ਬਬਲੂ, ਸਹਿਰਬਾਜ਼ ਸਾਹਿਬ ਦਾ ਬੇਟਾ, ਸ਼ਜਰ ਭਾਈ, ਸ਼ਜਰ ਅਬਾਸ, ਬਬਲੂ ਬਬਲੂ ਹੋ ਗਈ ਚਾਰ 'ਚ ਫੇਰੇ। ਠੀਕ ਹੈ, ਬਬਲੂ ਨੂੰ ਲੱਗ ਰਿਹਾ ਕਿ ਪ੍ਰੋਗਰਾਮ ਦੇ ਵਿੱਚ ਮੈਂ ਹੀ ਹਾਂ। ਠੀਕ ਹੈ ਜੀ, ਬਬਲੂ ਜਦੋਂ ਉਤਲੀਆਂ ਹਵਾਵਾਂ 'ਚ ਪਹੁੰਚਿਆ ਅਤੇ ਬਬਲੂ ਦੇ ਉੱਤੇ ਉਹਨਾਂ ਨੇ ਲਿਆ ਕੇ ਮਾਰਿਆ ਫਿਰ ਆਪਣਾ ਵਸੀਮ ਪੁੰਨੂ। ਠੀਕ ਹੈ, ਅਤੇ ਵਸੀਮ ਪੁੰਨੂ ਬੜਾ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ, ਬੱਬੂ ਰਾਣਾ ਸਾਹਿਬ ਦੀ ਅਤੇ ਉਹਨਾਂ ਦੀ ਦੋਵਾਂ ਦੀ ਬੜੀ ਇੱਕ ਦੂਸਰੇ ਦੇ ਨਾਲ ਅੱਛੀ ਕੈਮਿਸਟਰੀ ਮੈਚ ਹੋ ਗਈ, ਕੈਮਿਸਟਰੀ ਮੈਚ ਉਹਨਾਂ ਦੀ ਮੈਚ ਹੋ ਗਈ। ਫਿਰ ਉਹ ਵਾਕਿਆਤ ਉਹਨੇ ਆਊਟਡੋਰ 'ਤੇ ਪਾਉਣਾ, ਹਾਲਾਂਕਿ ਬੱਬੂ ਰਾਣੇ ਨਾਲ ਉਹਨੇ ਇੰਨੇ ਡਰਾਮੇ ਨਹੀਂ ਕੀਤੇ ਜਿੰਨੇ ਉਹਨੇ ਵਾਕਿਆਤ ਪਾਏ ਸੀ, ਪਰ ਉਹ ਠੀਕ ਹੈ, ਪ੍ਰੋਗਰਾਮ ਦੀ ਇੱਕ ਖੂਬਸੂਰਤੀ ਸੀ ਉਹਦੇ ਵਿੱਚ ਉਹ ਗੱਲਾਂ ਬਾਤਾਂ ਨਿਕਲ ਆਉਂਦੀਆਂ ਸੀ। ਠੀਕ, ਅਤੇ ਉਹ ਹੁਣ ਉਹਨਾਂ ਨੇ ਬਿਲਡਅਪ ਦਿੱਤਾ ਹੈ ਸਾਰਾ ਰਾਸ਼ਿਦ ਕਮਾਲ ਨੂੰ। ਠੀਕ ਹੈ, ਠੀਕ ਹੈ, 2 ਮਹੀਨੇ ਮੇਰਾ ਠੀਕ ਰਹਿੰਦੇ ਰਿਹਾ, ਮੇਰਾ ਲਾਸਟ ਲਾਫ 'ਤੇ ਮੇਰੇ 'ਤੇ ਪ੍ਰੋਗਰਾਮ ਖਤਮ ਹੁੰਦਾ, ਕਦੀ ਉਹਦੇ ਲਾਸਟ ਲਾਫ 'ਤੇ, ਇੱਥੇ ਤੱਕ ਤਾਂ ਬਰਦਾਸ਼ਤ ਮੈਨੂੰ ਹੁੰਦਾ ਰਿਹਾ। ਠੀਕ, ਕਿ ਠੀਕ ਹੈ ਵੀ ਕਦੀ ਲਾਸਟ ਲਾਫ ਉਹਦਾ ਲੱਗ ਗਿਆ, ਕਦੀ ਲਾਸਟ ਲਾਫ ਮੇਰਾ ਲੱਗ ਗਿਆ। ਠੀਕ ਹੈ, ਉਹ ਫਿਰ ਅਗਰ ਮੈਂ 1 ਰੁਪਈਆ ਕੰਮ ਕਰ ਰਿਹਾ ਸੀ ਤਾਂ ਉਹ
जिहड़े आखरी डेढ़ महीना है ना, इहदे विच मेरा काम 5 पैसे 10 पैसे लगना शुरू, इन्ना फर्क आ गया। हाँ जी, तो वह जो काम करने वाला बंदा हों ना, उन्होंने फिर यह महसूस होना शुरू हो जाता है कि मैं डीग्रेड किया जा रहा है। मैं ये कि जो मेरे अंदर है ना वो बहर आना चाहिए, और मेरे को मुख्तलिफ रोल उन्होंने करवाए ने मेरे को। हाँ जी, खुसरा भी करवाया उन्होंने मेरे को, उन्होंने स्टार्टिंग पीरियड की गल है, स्टार्टिंग पीरियड की गल है, बुजुर्ग भी कराया, शायर भी, हाँ शायर भी कराया उन्होंने, वो वीलॉकर भी असं बने हैं, अपना फिर अपना रैप स्टार बने, रैप स्टार बने असी, शायर बने असी, होर भी मुख्तलिफ उन्होंने करवाए ने साडे कोल, वो सारे असी कीते ने। ते उस तो बाद दे विच जदों उन्होंने फिर यह प्रोग्राम शुरू किया है चाचे बूटे वाला, हाँ जी, ये फिर सारिया बॉलां जिहड़ियां ने चाचे बूटे नूं उन्होंने देनियां शुरू कर दित्तियां। बब्बू राणा साहब तुहाडे भाई ने, ब्लड ब्रदर, सगे भरा ने, जी जी, ते तुसीं मशवरा नहीं कीता जान तो पहले, क्योंकि वह तो एक लंबा टनियोर खेड के आए थे उन्होंने नाल। नहीं, मैं उहदे नाल मशवरा नहीं कीता, ते जाके फिर मैं उन्होंने उत्थे फोन मैं कीता सी, ते उहदे तो बाद उन्हें मैनूं कहा कि वैरी गुड, तुसीं अच्छा कीता, चलो खुश होए, हाँ तुसीं आ गए इत्थे, बल्कि मैनूं उन्हें उत्थों के जिहड़े उन्होंने दोस्त सीगे वह भी उन्होंने मैनूं उन्होंने नंबर शंबर दिता कि मेरा भाई इत्थे आया, इन्हां दा ख्याल रखना। एक साढ़े ज़िया साहब ने उत्थे मैनेजर ने, प्रोग्राम मैनेजर साढ़े, उन्होंने भी उन्होंने कहा कि मेरा भाई इत्थे आया, और ज़िया साहब ने बड़ी मेरी खिदमत की, असलम भाई ने फैसलाबाद के, बाबू भाई ने फैसलाबाद के, ठीक है जी, इन्हों लोगों ने बड़ा प्यार मुहब्बत किया साढ़े नाल। लास्ट वाले जो प्रोग्राम वेखे ना, चेहरे तो रौनक चमक दमक नज़र नहीं आ रही थी, वो चमक दमक इसलिए नज़र नहीं आ रही कि मैनू वो रोज़ वह माटो पता चल गया कि माटो यही है कि मैं बहना, उस तो बाद मेरी जरा ठकवाई होनी थोड़ी देर बाद, अच्छा एक लास्ट लाफ आना है, प्रोग्राम खत्म, फील कर लिया, गुजारी कर ले, मैं यार एक जिंदा, मैं एक जिंदा जान हाँ, मैं फील कर सकना, मैं फनकार आदमी, मैनू फील होया कि भई ये जड़ा है ठीक नहीं मेरे नाल हो रहे, ते बाकी अपने अपने जेब सारे फनकार आफताब इकबाल साहब नूं छड़ जांदे ने, की वजह है? देखो इहदे विच फनकारां दा भी कसूर है, ते इहदे विच आफताब साहब दा भी कसूर है, कोई किसे नूं छड़ के नहीं जांदा हैगा। देखो पैसे उन्होंने बड़े बड़े ज्यादा पेमेंटा उन्होंने फनकारा दिखाई ने, स्टेज तो बाद टैलीविजन के जिन्हें भी साढ़े फनकार हिट हुए हैं वो अल्लाह पंचन पाक तो बाद तो यही बंदा ना जिन्हें किंग मेकर बनाया, लेकिन हूँ उन्होंने ना चिड़चिड़ापन ज्यादा कुछ आ गया है कि या मैनू लगा आखिरी जो डेढ़ महीना है ना ये मैनू ना मेरी कॉमेडी का दायरा जरा तंग हों नजर आया, ठीक जेड़ा कि मेरे जमीर ने गुवारा नहीं किया कि भाई मैं कॉमेडी फनकार हाँ। देखो मेरी गल सुनो जी जी, अगे दौर हैगा ये सारा है मोबाइल का ही है, सोशल मीडिया, सोशल मीडिया का दौर, हाँ जी ठीक है जी, टैलीविजन पर भी जोड़े प्रोग्राम हो ना इस टाइम उन्होंने एक दो प्रोग्राम ही ने जो तुम्मन खान है, हाँ जी बकाया तो जोड़े प्रोग्राम वो बस गुजारा चल रहे ने प्रोग्राम, तो जोड़ा ऑन एयर प्रोग्राम हों ना टैलीविजन पर, हाँ जी वह हफ्ते के 2 दिन या 3 दिन या 4 दिन हों, ठीक ये प्रोग्राम डेली चढ़ना होंगे, फिर मोबाइल हर बंदे दे हाथ दे विच, यूट्यूब हर बंदा देखता, फिर वह ये होंगे कि वो ना तुहाडी रेशो घटनी शुरू हो जाती है, जिमें कि 2 महीने जोड़े पहले ने ना वो जी सू पाकिस्तानी आवाम उ मिली है ना, हाँ जी उन्हें सानू भरपूर दात दी दोवानू, अच्छा इनू भी दात दी है मैनू भी दात दी है, मतलब कि फैमलिया ने वेखद सूँ कहा कि आफताब साहब के प्रोग्राम ईवन कि इतने तक एक फैमिली ने मैनू ये कहा कि तुम अज भाएं मेहरबानी साढ़े मेहमान बन जाओ, तुम खाना शाना साढ़े को खाओ घर कहते हो घर लगे जाने, तो मैं उन्होंने कहा बाजी अजे फिलहाल असं सवेरे फिर रिकॉर्डिंग से जाना, तो तुम फिर किसी वेले सू मिल लेना। ये 1.5 महीने के दौरान जोड़ा ना वह मैनू भी नज़र आना शुरू हो गया, इस 1.5 महीने के दौरान जी पाकिस्तानी पब्लिक है ना वो उस पास नहीं सी आ रही, इक्वल नहीं सी हो रही दाद, एक पास ज्यादा हो रही पास, जाहरी गल एक बंदा बोलन डेया स्क्रीन दे उते और बोली जा रहा मुसलसल, तुहानू चुप करन दे पैसे देंदे सी, मैनू तो उन्होंने यह भी किया सी 2-3 बारी कि तू चुप करके बैठ तेनू चैक मिल जाए, अच्छा
ਤੇ ਉਹ ਮੈਂ ਕਿਹਾ ਸਰ ਮੈਂ ਚੁੱਪ ਕਰਨ ਦੇ ਪੈਸੇ ਤੇ ਨਹੀਂ ਨਾ ਲੈਣ ਇੱਥੇ ਆਇਆ ਮੈਨੂੰ ਉਹ ਬਸ ਇੱਕ ਮਕਸਦ ਹੈ ਇੱਕ ਗੱਲ ਸੀ ਕਿ ਮੈਂ ਅਗਰ ਉਹਨਾਂ ਦੇ ਮੈਨੂੰ ਇਹ ਪਤਾ ਸੀ ਅਗਰ ਮੈਂ ਉਹਨਾਂ ਦੇ ਨਾਲ ਆਪਣੇ ਕੰਮ ਦੀ ਫਾਈਟ ਕਰਾਂਗਾ ਨਾ ਉੱਥੇ ਫੱਡਾ ਬਣ ਜਾਣਾ ਸੀ ਅੱਛਾ ਫਿਰ ਮੇਰੀ ਬਹੁਤ ਜ਼ਿਆਦਾ ਹੋਣੀ ਇਹ ਐਵੇਂ ਗੱਲਾਂ ਹੀ ਬਣੀਆਂ ਨੇ ਡਾਂਟਦੇ ਨੇ ਜਾਂ ਡਰਾਉਂਦੇ ਨੇ ਜਾਂ ਵਾਕਈ ਤੁਸੀਂ ਫੇਸ ਵੀ ਕੀਤਾ ਨਹੀਂ ਉਹ ਪਤਾ ਕੀ ਗੱਲ ਹੈ ਉਹ ਬੰਦਾ ਕੈਮਰੇ ਦੇ ਪਿੱਛੇ ਹੋਰ ਹੈਗਾ ਅੱਛਾ ਕੈਮਰਾ ਜਿਸ ਵੇਲੇ ਚੱਲਦਾ ਤੇ ਉਹ ਬੰਦਾ ਫਿਰ ਉਹ ਡਾਇਰੈਕਟਰ ਹੈ ਠੀਕ ਜੁਮਲਾ ਉਹਨਾਂ ਨੇ ਦੇਣਾ ਹੈ ਡਾਇਰੈਕਟਰ ਹੈ ਜੁਮਲਾ ਅੱਛਾ ਜੁਮਲਾ ਤੁਸੀਂ ਦਿੱਤਾ ਹੈ ਉਹ ਲੈ ਲਏਗਾ ਜੁਮਲਾ ਤੇ ਉਹ ਤੇ ਆਪ ਇਸ ਗੱਲ ਨੂੰ ਕਹਿੰਦੇ ਨੇ ਉਹ ਕਹਿੰਦੇ ਤੁਹਾਡਾ ਕੰਮ ਹੈ ਬੋਲੀ ਜਾਣਾ ਜਿੰਨਾ ਮੈਨੂੰ ਚਾਹੀਦਾ ਹੋਇਆ ਰੱਖ ਲਵਾਂਗਾ ਬਕਾਇਆ ਨਾਲ ਹੀ ਸੁੱਟ ਦਿਆਂਗਾ ਅੱਛਾ ਠੀਕ ਹੈ ਜੀ ਈਵਨ ਕਿ ਉਹ ਮਾਨ ਸਾਹਿਬ ਦਾ ਵੀ ਕਿੰਨਾ ਬੜਾ ਕੰਮ ਉਹ ਕਹਿੰਦੇ ਕਿ ਮੈਂ ਅੱਛਾ ਅੱਛਾ ਉਹ ਚੋਂ ਕੱਢ ਲੈਂਦਾ ਹੁੰਦਾ ਸੀ ਬਕਾਇਆ ਮੈਂ ਜ਼ਾਇਆ ਕਰ ਦਿੰਦਾ ਸੀ ਕਿੰਨੀ ਦੇਰ ਲੱਗਦੀ ਸੀ ਰਿਕਾਰਡਿੰਗ ਤੇ ਤਕਰੀਬਨ ਕੋਈ ਮੈਕਸੀਮਮ ਘੱਟ ਤੋਂ ਘੱਟ ਵੀ ਨਾ 8 ਤੋਂ 9 ਘੰਟੇ ਲੱਗਦੇ ਸੀ ਹੁਣ ਇਹ 8 ਤੋਂ 9 ਘੰਟੇ ਦੇ ਵਿੱਚੋਂ 18 ਮਿੰਟ ਦਾ ਪ੍ਰੋਗਰਾਮ ਅੱਛਾ 8-9 ਘੰਟੇ 8-9 ਘੰਟੇ ਕਾਹਦੇ ਲਈ ਲੱਗ ਰਹੇ ਨੇ ਵੀ 18 ਮਿੰਟ ਦਾ ਤੇ ਪ੍ਰੋਗਰਾਮ ਇਹ 18 ਮਿੰਟ ਦਾ ਸ਼ੋਅ ਹੈ ਤੇ ਇਹਦੇ ਤੇ ਬੜੀ ਹੱਦ ਤੁਹਾਡਾ ਡੇਢ ਦਾ ਰੋਲ ਟਾਈਮ ਹੁੰਦਾ ਸੀ 8-9 ਘੰਟੇ ਜਾਂ ਵਿੱਚ ਚਾਹ ਪਾਣੀ ਵੀ ਚੱਲ ਰਿਹਾ ਹੈ ਨਹੀਂ ਵਿੱਚ ਬ੍ਰੇਕ ਵੀ ਹੋ ਜਾਂਦੀ ਸੀ ਕਿਸੇ ਵੇਲੇ ਉਹ ਜੁਮਲਾ ਉਹਨਾਂ ਨੂੰ ਨਹੀਂ ਸੀ ਵੀ ਚੜਦਾ ਹਾਂ ਉਹ ਫਿਰ ਬਹਿ ਜਾਂਦੇ ਸੀ 2 ਮਿੰਟ ਬ੍ਰੇਕ ਹੋ ਜਾਂਦੀ ਸੀ ਕਹਿੰਦੇ ਜਾਓ ਸਾਨੂੰ ਕਹਿੰਦੇ ਤੁਸੀਂ ਸਿਗਰਟ ਸੁਗਰਟ ਪੀ ਆਓ ਠੀਕ ਹੈ ਅਸੀਂ ਬਾਹਰ ਆਣ ਗਏ ਸਿਗਰਟ ਸੁਗਰਟ ਪੀ ਕੇ ਅਸੀਂ ਵਾਪਸ ਜਾਣਾ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਸ਼ੁਰੂ ਹੋ ਜਾਣਾ ਤੁਹਾਡੇ ਘਰ ਦੇ ਪਰੇਸ਼ਾਨ ਹੋ ਗਏ ਸੀ ਤੁਸੀਂ ਦੱਸਿਆ ਕਿਉਂ ਨਹੀਂ ਇਹ ਕੀ ਰੀਜ਼ਨ ਬਣੀ ਮੈਂ ਤੇ ਆਪਣੇ ਵੱਲੋਂ ਦੇਣਾ ਚਾਹ ਰਿਹਾ ਸੀ ਸਰਪ੍ਰਾਈਜ਼ ਕਰ ਅੱਛਾ ਉਹ ਜ਼ਾਹਰੀ ਗੱਲ ਹੈ ਉਹ ਮੈਂ ਆਓ ਉੱਥੇ ਮੈਂ ਜਦੋਂ ਆਪਣੇ ਬੇਟੇ ਦੇ ਮੈਂ ਪੈਸੇ ਭੇਜਦਾ ਸੀ ਨੰਬਰ ਤੇ ਉਹ ਮੇਰੇ ਜ਼ਿਹਨ 'ਚ ਤੇ ਇਹ ਸੀ ਕਿ ਮੈਂ ਆਪਣਾ ਫੋਨ ਬੰਦ ਕਰ ਦਿੱਤਾ ਮੈਨੂੰ ਉਹ ਟਰੇਸ ਹੀ ਨਹੀਂ ਕਰ ਸਕਣਗੇ ਉਹ ਇਹ ਮੇਰੇ ਜ਼ਿਹਨ 'ਚ ਨਹੀਂ ਸੀ ਕਿ ਮੈਂ ਤੇ ਉੱਥੇ ਨੰਬਰ ਦਿੱਤਾ ਹੈ ਆਪਣੇ ਬੱਚੇ ਦਾ ਵੀ ਨੰਬਰ ਦਿੱਤਾ ਤੇ ਉਹ ਫਿਰ ਜ਼ਿਆ ਭਾਈ ਨੇ ਉਹਨਾਂ ਨੇ ਟੈਲੀਫੋਨ ਇੱਧਰ ਕਰਤਾ ਪਾਕਿਸਤਾਨ ਉਹਨਾਂ ਕਿਹਾ ਜੀ ਹਾਮਦ ਰੰਗੀਲਾ ਲੱਭ ਨਹੀਂ ਰਿਹਾ ਮੈਂ ਆਪਣੀ ਵਾਈਫ ਨੂੰ ਸਾਰੀ ਗੱਲ ਉਹ ਮੇਰੀ ਹਮਰਾਜ਼ ਹੈ ਉਹ ਮੇਰੀ ਜੀਵਨ ਸਾਥੀ ਹੈ ਮੈਂ ਉਹਨਾਂ ਦੇ ਨਾਲ 1-2 ਗੱਲਾਂ ਕੀਤੀਆਂ ਸੀ ਪਹਿਲਾਂ ਕਿ ਇਹ ਬੰਦਾ ਮੇਰੇ ਕੋਲ ਘੱਟ ਕੰਮ ਲੈ ਰਿਹਾ ਜੇ ਬਹੁਤ ਖਿੱਜਣ ਵੀ ਬਹੁਤਾ ਲੱਗ ਪਏ ਨੇ ਅਤੇ ਐਂਜੇ ਉਹ ਫਿਰ ਮੇਰੇ ਘਰਦਿਆਂ ਨੂੰ ਇਹ ਲੱਗਾ ਕਿ ਅੱਲਾ ਨਾ ਕਰੇ ਐਸਾ ਨਾ ਹੋਇਆ ਹੋਵੇ ਕਿ ਬੱਚੇ ਮਤਲਬ ਕਿ ਮੇਰੇ ਖਾਮਦ ਨੂੰ ਉਹਨਾਂ ਨੇ ਇੱਧਰ ਉੱਧਰ ਕਰਤਾ ਔਰਤ ਹੈ ਨਾ ਉਹਦੇ ਜ਼ਿਹਨ 'ਚ ਆ ਗਿਆ ਅੱਛਾ ਮੈਂ ਫੋਨ ਇਸ ਲਈ ਬੰਦ ਕੀਤਾ ਸੀ ਕਿ ਮੈਨੂੰ ਇਹ ਟਰੇਸ ਨਾ ਕਰ ਸਕਾਂ ਤੇ ਫਿਰ ਉਹਨਾਂ ਨੇ ਮੈਨੂੰ ਟਰੇਸ ਕਰਨਾ ਸ਼ੁਰੂ ਕੀਤਾ ਹੈ ਜਦੋਂ ਐਗਜ਼ਿਟ ਕਰ ਗਏ ਤੁਸੀਂ ਮੈਂ ਐਗਜ਼ਿਟ ਕਰ ਗਿਆ ਠੀਕ ਫਿਰ ਉਹਨਾਂ ਨੇ ਕੰਪਿਊਟਰ ਮਾਰਿਆ ਮੇਰਾ ਜਦੋਂ ਆਈ ਡੀ ਕਾਰਡ ਆਪਣਾ ਹੈ ਪਾਸਪੋਰਟ ਉੱਥੇ ਉਹਨਾਂ ਨੂੰ ਪਤਾ ਚੱਲ ਗਿਆ ਵੀ ਇਹ ਬੰਦਾ ਹੁਣ ਐਗਜ਼ਿਟ ਕਰ ਗਿਆ ਫਿਰ ਉਹਨਾਂ ਨੇ ਆਖਰੀ ਫੋਨ ਮੇਰੇ ਘਰਦਿਆਂ ਨੂੰ ਕੀਤਾ ਦੱਸ ਕੇ ਕਿਉਂ ਨਹੀਂ ਇਜਾਜ਼ਤ ਨਹੀਂ ਸੀ ਮਿਲਣੀ ਨਹੀਂ ਫੱਡਾ ਬਣ ਜਾਣਾ ਸੀ ਨਾ ਇੱਕ ਯਾਰ ਦੇਖੋ ਇੱਕ ਬੰਦੇ ਦਾ ਕੰਮ ਚੱਲ ਰਿਹਾ ਤੁਹਾਡਾ ਹੁਣ ਇਹ ਕੰਮ ਚੱਲ ਰਿਹਾ ਜੀ ਇਹ ਕੈਮਰਾਮੈਨ ਤੁਹਾਨੂੰ ਇੱਕਦਮ ਇੱਥੇ ਬੈਠਿਆ ਕਹੇ ਜੀ ਕਿ ਮੈਂ 2 ਘੰਟੇ ਲਈ ਕਿਤੇ ਜਾਣਾ ਜ਼ਾਹਰੀ ਗੱਲ ਹੈ ਤੁਸੀਂ ਇਹਨੂੰ ਇਹੀ ਕਹੋਗੇ ਨਾ ਕਿ ਯਾਰ ਤੂੰ ਵਿੱਚ ਪ੍ਰੋਗਰਾਮ ਮੇਰਾ ਛੱਡ ਕੇ ਕਿੱਥੇ ਜਾ ਰਿਹਾ ਬਿਲਕੁਲ ਰੌਲਾ ਬਣੇਗਾ ਨਾ ਤੇ ਉਹ ਮੈਨੂੰ ਇਹ ਪਤਾ ਸੀ ਕਿ ਜਦੋਂ ਮੈਂ ਉਹਨਾਂ ਨੂੰ ਜਾਣ ਦਾ ਕਹਿਣਾ ਸੀ ਤੇ ਉੱਥੇ ਕੋਈ ਨਾ ਕੋਈ ਗੱਲਬਾਤ ਹੋ ਜਾਣੀ ਸੀ ਫਿਰ ਤੇ ਉਹ ਮੇਰਾ ਤੇ ਸਬਰ ਦਾ ਪੈਮਾਨਾ ਤੇ ਮੇਰਾ ਪਹਿਲਾਂ ਟੁੰਨ ਬਟਾ ਟੁੰਨ ਹੋ ਗਿਆ ਸੀ ਤੇ ਮੈਂ ਕੋਈ ਇਹੋ ਜਿਹਾ ਮਾਹੌਲ ਨਹੀਂ ਸੀ ਬਣਾਉਣਾ ਚਾਹ ਰਿਹਾ ਜਿਹਦੇ ਵਿੱਚ ਟੀਮ ਦੇ ਸਾਹਮਣੇ ਮੇਰੀ ਇੱਕ ਵਾਰੀ ਫਿਰ ਠੁਕਵਾਈ ਹੁੰਦੀ ਉਹ ਇਸ ਕਰਕੇ ਮੈਂ ਮੁਨਾਸਬ ਇਹੀ ਸਮਝਿਆ ਕਿ ਵੀ ਚੁੱਪ ਕਰਕੇ ਨਿਕਲ ਜਾਂਦੇ